ਪਹਿਲੇ ਗੌਰਾਂ ਦੇ ਲਾਲ ਨੂੰ ਮਨਾਈਏ, ਪਿੱਛੋਂ ਦੂਜਾ ਕੰਮ ਰਚਾਈਏ ਜੀ। ਉਹ ਪਹਿਲੇ ਗੌਰਾਂ ਦੇ ਲਾਲ ਨੂੰ ਮਨਾਈਏ, ਉਹ ਪਹਿਲੇ ਗੌਰਾਂ ਦੇ ਲਾਲ ਨੂੰ ਮਨਾਈਏ, ਪਿੱਛੋਂ ਦੂਜਾ ਕੰਮ ਰਚਾਈਏ ਜੀ। ਪਹਿਲੇ ਗੌਰਾਂ ਦੇ ਲਾਲ ਨੂੰ ਮਨਾਈਏ, ਪਿੱਛੋਂ ਦੂਜਾ ਕੰਮ ਰਚਾਈਏ ਜੀ। ਸ਼ੰਕਰ ਨੇ ਇੱਕੋ ਗੱਲ ਕਹੀ ਸੀ, ਉਹ ਗਣਪਤ ਦੇ ਪਾਪਾ ਨੇ ਇੱਕੋ ਗੱਲ ਕਹੀ ਸੀ, ਸਭ ਪਹਿਲੇ ਪੂਜਾ ਕਰਨਗੇ ਗਣੇਸ਼ ਦੀ। ਮੇਰਾ ਉਪਦੇਸ਼ ਜੀ, ਉਹ ਪਹਿਲੇ ਗੌਰਾਂ ਦੇ ਲਾਲ ਨੂੰ ਮਨਾਈਏ, ਪਿੱਛੋਂ ਦੂਜਾ ਕੰਮ। ਗਣਪਤ ਦੀ ਮੰਮੀ ਨੇ ਇੱਕੋ ਗੱਲ ਕਹੀ ਸੀ, ਜੋ ਪਹਿਲੇ ਪੂਜਾ ਕਰੇਗਾ ਗਣੇਸ਼ ਦੀ, ਉਹਦੇ ਹਰ ਪਲ ਸੰਗ ਨੇ ਮਹੇਸ਼ ਜੀ। ਉਹ ਪਹਿਲੇ ਗੌਰਾਂ ਦੇ ਲਾਲ ਨੂੰ ਮਨਾਈਏ, ਪਿੱਛੋਂ ਦੂਜਾ ਕੰਮ ਰਚਾਈਏ ਜੀ। ਗਣੇਸ਼ ਜੀ ਸਭ ਕਟੋ ਕਸ਼ਟ ਕਲੇਸ਼ ਜੀ, ਸ਼ਿਵ ਗੌਰਾਂ ਦੇ ਪੁੱਤਰ ਗਣੇਸ਼ ਜੀ ਸਭ ਕਟੋ ਕਸ਼ਟ ਕਲੇਸ਼ ਜੀ। ਉਹ ਪਹਿਲੇ ਗੌਰਾਂ ਦੇ ਲਾਲ ਨੂੰ